ਪਰ ਜੰਗ ਸਿੰਘ ਜੀ ਆਸਟ੍ਰੇਲੀਆ ਉਧਰ ਵੱਲੋਂ ਸਾਡੇ ਗੀਤੇ ਦਾ ਆਉਣ ਵਾਲੇ 2025 ਦੇ ਵਿੱਚ 5100 ਦੀ ਨਕਦ ਰਾਸ਼ੀ ਨਾਲ ਸਨਮਾਨ ਹੋਵੇਗਾ। ਵੱਡੇ ਪੱਧਰ ਤੇ ਵੱਡਾ ਸਨਮਾਨ। ਸੰਦੀਪ ਸੰਧੂ ਨੰਗਲਮਿਆਲੇ ਦੀ ਵੱਡੀ ਫੋਟੋ ਲੱਗੀ ਹੈ। ਹਾਏ ਰੱਬਾ ਮੈਨੂੰ ਦੱਸ ਇਹ ਤਸਵੀਰਾਂ ਕਿਉਂ ਨਹੀਂ ਬੋਲਦੀਆਂ। ਜਾਂਦੇ ਜੀ ਸੱਜਣਾ ਦੇ ਮੇਲੇ ਵਿਛੜ ਗਿਆ ਦੀਆਂ ਯਾਦਾਂ। ਇਹ ਜਗਤਾਰ ਮਲਹੋਤਰੇ ਬੈਰੀਗੇਟ ਵਾਲ ਨੇ ਲਾਈ ਹੈ ਵੱਡੀ ਤਸਵੀਰ। ਇਹ ਘਾਟਾਂ ਕਦੇ ਨਹੀਂ ਪੂਰੀਆਂ ਹੋ ਸਕਦੀਆਂ। ਦੁਨੀਆਂ ਦੇ ਵੱਡੇ ਮੱਲ ਸਾਡੇ ਤੋਂ ਦੂਰ ਗਏ ਹੈ ਔਰ ਕਦੇ ਘਾਟੇ ਪੂਰੇ ਨਹੀਂ ਹੋ ਸਕਦੇ ਔਰ ਯਾਦ ਦੁਨੀਆਂ ਵਿੱਚ ਰਹਿਣੀ ਹੈ ਸਦਾ। ਮੇਰੇ ਮਿੱਤਰੋ ਆਓ ਜੁੜੀਏ ਖੇਡ ਕਬੱਡੀ ਦੇ ਨਾਲ। ਆ ਮੁੰਡਾ ਭੇਜਦਾ ਮੈਂ ਲਾਦਾ ਬਲਜਿੰਦਰ ਏਸ਼ੀਆ ਮੋਟਰ ਵਾਲੇ ਨੇ ਕਹਿਣਾ ਹੋਣਾ ਵੀ ਜਿਹੜਾ ਪੈਸਟਲ ਨੂੰ ਜੱਫਾ ਲਾਊਗਾ ਉਹਦੇ ਲਈ 500 ਮਾਨ ਸਮਾਨ ਹੋਵੇਗਾ। ਜੁੜੀਏ ਫਾਈਨਲ ਦੇ ਨਾਲ। ਵਾਧੀਆਂ ਵਾਲਾ ਕਹਿੰਦੇ ਨੌਜਵਾਨ ਸੁੱਖਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਐਨ ਚੋਟੀ ਦਾ ਮੁਕਾਬਲਾ ਤੇ ਇੱਧਰ ਵਾਸ਼ਿੰਗ ਮਸ਼ੀਨ ਸਾਡੇ ਕਹਿੰਦੇ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ NRI ਭਰਾਵਾਂ ਵੱਲੋਂ। ਬਹੁਤ ਵੱਡਾ ਮਾਣ ਹੈ ਜਿਉਂਦੇ ਰਹਿਣ ਸਾਡੇ ਪੰਜਾਬੀ ਭਰਾ ਜਿਹੜੇ ਸਮੇਂ ਦੇ ਨਾਲ ਹਰ ਇੱਕ ਭਰਾ ਦੇ ਨਾਲ ਖੜਦੇ ਹੈ ਲੋੜ ਪੈਣ ਤੇ ਅੜਦੇ ਹੈ। ਵੱਡੇ ਪੱਧਰ ਤੇ ਵੱਡਾ ਸਨਮਾਨ ਮਨਪ੍ਰੀਤ ਤੇ ਜਸਪ੍ਰੀਤ ਵੀਰਾ ਵਾਸ਼ਿੰਗ ਮਸ਼ੀਨ ਦੇ ਨਾਲ। ਉਧਰ ਕਹਿੰਦੇ ਆ ਇਹ ਚਿਰਾਗ ਦੀਨ ਮੰਝਾਂ ਵਾਲੇ ਦਾ ਕਮਲ ਬਾਈ ਆਇਆ ਹੋਇਆ ਸਾਡਾ ਮੰਝਾਂ ਵਾਲੀਆ ਭਰਾ ਸਾਡਾ ਜਿਨ੍ਹਾਂ ਦੀ ਟੀਮ ਖੇਡ ਰਹੀ ਹੈ। ਵੀਰੂ ਦੇ ਜੱਫੇ 1100 ਦੇ, ਗੁਰਸੇਵਕ ਕੈਨੇਡਾ ਤੇ ਜਾਦੂ ਸਾਡਾ ਭਰਾ ਉਹਨਾਂ ਵੱਲੋਂ ਹੋਣਗੇ 1100-1100 ਦੇ ਜੱਫੇ ਜਿਹੜੇ ਆ। ਆਰ ਸਿਕੰਦਰ ਨੂੰ ਜੇ ਕੋਈ ਜੱਫਾ ਲਾਵੇਗਾ। ਬਲਜਿੰਦਰ ਏਸ਼ੀਆ ਮੋਟਰ ਵਾਲੇ ਕਹਿੰਦੇ ਸਾਡੇ ਵੱਲੋਂ 500 ਹੈ। ਆਹ ਵਾਦੀਆਂ ਵਾਲਾ ਕਹਿੰਦੇ 40 ਮੁਕਤਿਆਂ ਦੀ ਧਰਤੀ ਮੁਕਤ ਸਰ ਤੇ ਦੂਸਰੇ ਬੰਨੇ ਮੋਗੇ ਵਾਲਾ ਮੱਲ। ਆਹ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਵਿੱਚ ਸ਼ੱਕ ਆ ਗਿਆ ਤੇ ਵੱਡੇ ਬਾਈ ਕਰੀ ਗੱਲ। ਹਰਜੀਤ ਸਿੰਘ ਸ਼ੱਕ ਅਗਲੀ ਕਬੱਡੀ ਪਾ ਰਿਹਾ। ਅੱਜ ਦੇ ਦਿਨ ਦਾ ਸੁਪਰ ਫਾਈਨਲ ਮੈਚ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ। ਮਨਪ੍ਰੀਤ ਸਿੰਘ ਜੀ ਗਿੱਲ USA ਤੇ ਜਸਵੀਰ ਸਿੰਘ ਜੀ ਗਿੱਲ USA ਦਾ ਅੱਜ ਦੇ ਮੇਰੇ ਦੇ ਲਈ ਬਹੁਤ ਵੱਡਾ ਯੋਗਦਾਨ ਭਰਾਵਾਂ ਦਾ ਧੰਨਵਾਦ। ਆਓ ਸਾਹਮਣੇ ਕਬੱਡੀ ਆਓ ਚਿਰਾਗ ਦੀਨ। ਆਓ ਚਿਰਾਗ ਦੀਨ ਕਹਿੰਦੇ ਬਰਨਾਲੇ ਦੇ ਮੇਲੇ ਤੋਂ ਵੀ ਮੋਟਰਸਾਈਕਲ ਜਿੱਤਿਆ ਮੱਲਾਂ ਨੇ। ਵੱਡੇ ਚਰਚੇ ਕਰਵਾਏ ਆ। ਮਾਨ ਸਿੰਘ ਦੁਲਟ ਬਣਿਆ ਬੈਸਟ। ਅੱਜ ਕੌਣ ਬਣੇਗਾ ਬੈਸਟ ਮੇਰੇ ਮਿੱਤਰੋ? ਔਰ ਅਮਨਦੀਪ ਆਸਟ੍ਰੇਲੀਆ ਤੇ ਗੁਰਵਿੰਦਰ ਆਸਟ੍ਰੇਲੀਆ ਵੱਲੋਂ 25-25,000। ਰਾਜਾ USA ਨਾਲ ਸਾਡਾ ਮਨਦੀਪ ਤੇ ਜਸਪਾਲ ਉਹਨਾਂ ਵੱਲੋਂ ਕਹਿੰਦੇ ਦੂਜਾ ਪ੍ਰਾਈਜ਼ ਹੈ। ਉਧਰ ਸੁਰਜੀਤ ਆਸਟ੍ਰੇਲੀਆ ਤੇ ਮਨਪ੍ਰੀਤ ਤੇ ਨਾਲ ਸਾਡਾ ਵੀਰ ਹੈ ਉਧਰ ਜਸਪ੍ਰੀਤ ਉਹ ਅਮਰੀਕਾ ਵਾਲੇ ਭਰਾ ਵੱਲੋਂ ਕਹਿੰਦੇ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਬਾਪੂ ਕੁੰਡਾ ਸਿੰਘ ਦਾ ਪਰਿਵਾਰ ਇਹ ਮਾਨ ਸਨਮਾਨ ਬਖਸ਼ਣਗੇ। ਆਹ ਪੈਂਦੀ ਰੇਟ ਤੇ ਵੱਡਾ ਬਾਈ ਗੱਲ ਕਰਦਾ ਹੋਇਆ ਜੱਸੀ ਕਦੇ ਵਾਦੀਆਂ ਵਾਲਾ ਕਬੱਡੀ ਪਾ ਰਿਹਾ ਹੈ। ਉਧਰ ਵੀਰਾਂ ਨੇ 2 ਜੱਫਿਆਂ ਤੇ 1000 ਬੋਲਿਆ ਸੀ ਰਾਜੇ ਬਾਈ ਉਹ ਮੁੰਡਿਆਂ ਨੂੰ ਜ਼ਰੂਰ ਦੇ ਦੇ। ਸਰਾਗਦੀਨ ਦੇ 2 ਜੱਫੇ ਲੱਗ ਚੁੱਕੇ ਵੱਡੇ ਮਾਨ ਦੇ ਦਿਆ ਜੇ। ਰਾਜ ਸਾਡਾ ਸਰਪੰਚ ਜੀ ਤੁਸੀਂ ਵੀ 200 ਰੁਪਇਆ ਕਿਹਾ ਸੀ ਨਾਲ ਦੀ ਨਾਲ ਵਾਇਆ ਦੇ ਦਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਸਾਹਮਣੇ ਕਬੱਡੀ ਕਹਿੰਦੇ ਆਓ ਸਾਹਮਣੇ ਮਾੜੀ ਦਾ ਸਿਕੰਦਰ ਕਬੱਡੀ ਪਾ ਰਿਹਾ ਹੈ। 4 ਜਾਫੀਆਂ ਦੇ ਵਿੱਚੋਂ ਦੇਖਾਂਗੇ ਕੌਣ ਡੱਕ ਪਊ। ਅੱਜ ਦੇ ਦਿਨ ਦਾ ਸੁਪਰ ਫਾਈਨਲ ਮੈਚ ਸ਼ਹੀਦਾਂ ਦੀ ਧਰਤੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਮਿਲੀ ਹੋਈ ਹੈ ਪੰਜਾਬੀਆਂ ਦੀ ਸ਼ਾਨ। ਗਾਜਰੀ ਵਾਲਾ ਪਿੰਡ ਮਹਾਨ ਗਾਜਰੀ ਵਾਲੇ ਦੇ ਕੋਠੇ NRI ਭਰਾਵਾਂ ਦਾ ਵੱਡਾ ਯੋਗਦਾਨ। ਭਾਈ ਦਰਦ ਸਪਰੇ ਗਰਾਊਂਡ 'ਚ ਪੁੱਜਦੀ ਕਰਦੇ ਆ ਜੇ ਸਾਰੀ ਮੇਲਾ ਕਮੇਟੀ ਦਾ ਕੱਲੇ ਕੱਲੇ ਬਾਈ ਦਾ ਧੰਨਵਾਦ ਵੀਰ ਦਾ ਚੇਚੇ ਤੌਰ ਤੇ ਧੰਨਵਾਦ ਆ ਸਾਰੇ NRI ਭਰਾਵਾਂ ਦੇ ਜਿਨ੍ਹਾਂ ਨੇ ਬਹੁਤ ਵੱਡੇ ਮਾਨ ਸਨਮਾਨ ਅੱਜ ਦੇ ਮੇਲੇ ਲਈ ਬਖਸ਼ੇ ਆ। ਮਨਪ੍ਰੀਤ ਅਮਰੀਕਾ ਤੇ ਜਸਪ੍ਰੀਤ ਅਮਰੀਕਾ ਸੁਰਜੀਤ ਆਸਟ੍ਰੇਲੀਆ 71,000। ਆਓ ਕਹਿੰਦੇ ਵੱਡਾ ਪ੍ਰਾਈਜ਼ ਨਾਲ ਰਾਜਾ ਸਾਡਾ ਅਮਰੀਕਾ ਤੋਂ
ਨਾਲ ਵੀਰ ਮਨਦੀਪ ਆ ਤੇ ਜਸਪਾਲ ਹੈ, ਉਹਨਾਂ ਵੱਲੋਂ ਕਹਿੰਦੇ 61,000 ਤੇ ਬੈਸਟਾਂ ਨੂੰ 25,000 ਦਿੱਤਾ ਜਾਵੇਗਾ। ਇਧਰ ਪੈਸਟਲ ਭਿੰਡਰਾ ਵਾਲਾ ਆ ਮੁੰਡੇ ਦੇ ਕਹਿੰਦੇ ਜੱਫੇ ਦੇ ਉੱਪਰ ਹਰ ਬਲਜਿੰਦਰ ਏਸ਼ੀਆ ਮੋਟਰ ਵਾਲੇ ਬਲਜਿੰਦਰ ਆਪਣੇ ਮੁੰਡੇ ਨੂੰ ਫੜ ਲਾ ਯਾਰਾ ਵੀਰੇ, ਆਓ ਸਾਹਮਣੇ 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 ਆ ਯਾਦੂ ਤੇ ਕਹਿੰਦੇ ਬਾਈ ਗੁਰਸੇਵਕ ਕਹਿੰਦੇ ਬੱਲੇ ਮੁੰਡਿਆ ਬੱਲੇ ਮੁੰਡਿਆ, ਆ ਜੱਫਾ 1100 ਦਾ ਯਾਦੂ ਬਾਈ ਤੇ ਗੁਰਸੇਵਕ ਕੈਨੇਡਾ ਵਾਲਾ ਕਹਿੰਦਾ ਆਪਾਂ ਵੀਰੂ ਦੇ ਜੱਫੇ ਦਾ 1100 ਦੇਣਾ। ਉਧਰ ਵਾਸ਼ ਮਸ਼ੀਨ ਆ ਵੱਡੇ ਪੱਧਰ ਤੇ ਸਨਮਾਨ ਹੈ, ਆਓ ਪੈਂਦੀ ਹੋਈ ਰੇਡ ਇਹਦਾ ਕਹਿੰਦੇ ਵਾਦੀਆਂ ਪਿੰਡ ਹੈ ਜੱਸਾ ਨਾਮ ਹੈ, ਆਓ ਪੈਂਦੀ ਹੋਈ ਰੇਡ ਚਾਰ ਮਲ ਬਈਆਂ ਵਾਲੇ ਦੇ ਤਿਆਰ ਬਰ ਤਿਆਰ, ਆ ਪੈਸੇ ਉੱਥੇ ਦੇ ਦੇ ਵੀਰੇ ਪਲੇਅਰਾਂ ਨੂੰ ਸਿੱਧੇ ਪਲੇਅਰਾਂ ਦੇ ਪੈਸੇ ਪਲੇਅਰ ਤੱਕ, ਆ ਬਲਜਿੰਦਰ ਕਿਹਦੇ ਪੈਸੇ ਨੌਜਵਾਨਾਂ ਬਹੁਤ ਵੱਡੇ ਮਾਨ ਸਨਮਾਨ ਇਹਨਾਂ ਬੋਲਾਂ ਲਈ ਆ, ਆ ਪੈਸੇ ਜ਼ਰੂਰ ਫੜ ਕੇ ਲੈ ਜਾਓ, ਉਹ ਪਾਇਆ ਜ਼ਰੂਰ ਫੜ ਲਿਆ ਜੇ ਜੱਸ ਗਿੱਲ ਤੇ ਮਣੀ ਗਿੱਲ ਸਾਡਾ USA ਵਾਲਾ ਨਾਲ ਦੀ ਨਾਲ ਤੁਰੰਤ ਕਦੇ ਮਾਇਆ ਦੇ ਕੇ ਸਾਡੇ ਤੇਜੀ ਦਾ ਨਗਦ ਰਾਸ਼ੀ ਦੇ ਕੇ ਨਾਲ ਦੀ ਨਾਲ ਸਨਮਾਨ ਕਰ ਰਹੇ ਹੈ। ਉਧਰ ਬਹੁਤ ਧੰਨਵਾਦ ਬਾਈ ਕਸ਼ਮੀਰ ਸਿੰਘ ਜੀ ਤੁਹਾਡੇ ਪਰਿਵਾਰ ਦਾ ਜਿਉਂਦੇ ਰਹਿਣ, ਮੰਨੋ ਅਮਰੀਕਾ ਦੇ ਨਾਲ ਵੀਰ ਸਾਡਾ ਅਮਨ ਅਮਨ ਆਸਟ੍ਰੇਲੀਆ ਨਾਲ ਵੱਲੋਂ ਵੀਰੋ ਲਈ 500 ਹੈ, ਗੁਰਵਿੰਦਰ ਆਸਟ੍ਰੇਲੀਆ ਸਾਰੇ ਭਰਾਵਾਂ ਦਾ ਧੰਨਵਾਦ, 1000 ਉਹਨਾਂ ਭਰਾਵਾਂ ਵੱਲੋਂ ਲਓ ਸ਼ਾਕਾ ਮੋਠਾ ਵਾਲੀ ਪਿੰਡ ਦਾ ਕਮਲ ਬਰਾੜ ਭਰਾ ਹੈ ਸਾਡਾ, ਵੀਰ ਹੈ ਸਾਡਾ, ਮਾਣ ਹੈ ਸਾਨੂੰ ਆਪਣੇ ਭਰਾ ਦੇ ਉੱਪਰ, ਮਿੰਨਾ ਵਾਲਾ ਪਿੰਡ ਹੈ ਯਾਰਾਂ ਦਾ ਯਾਰ ਇੱਕ ਦਿਲਦਾਰ ਬੰਦਾ ਆਹ ਸਾਨੂੰ ਮਿਲਿਆ ਸਾਡੇ ਇਲਾਕੇ ਨੂੰ, ਧੰਨਵਾਦ ਕਰਦੇ ਹਾਂ ਕਮਲ ਬਰਾੜ ਮਿੰਨਾ ਵਾਲੇ ਦਾ, ਗਹਿ ਗੱਡਮਾ ਧੰਨਵਾਦ ਖੜਦਾ ਔਖੇ ਸੌਖੇ ਟਾਈਮ ਜਿਹਦੇ ਨਾਲ ਖੜੇ ਅਸੀਂ ਖੁੱਲ ਕੇ ਖੜੇ ਹਾਂ, ਕੀ ਹੋਣਗੇ ਨਤੀਜੇ ਉਹ ਭੁੱਲ ਕੇ ਖੜੇ ਆ, ਜਿਹਦੇ ਨਾਲ ਖੜੇ ਅਸੀਂ ਖੁੱਲ ਕੇ ਖੜੇ ਹੈ। ਇੱਧਰ ਰਾਜ ਸਰਪੰਚ ਕਹਿੰਦਾ ਚਿਰਾਗ ਦੀ ਦਾ ਹਰ ਜੱਫਾ 200 ਰੁਪਏ ਦਾ ਹੋਵੇਗਾ, ਲਓ ਕਦੇ ਭਿੰਡਰਾਂ ਵਾਲਾ ਪਿਸਟਲ ਆ ਗਿਆ, ਉਧਰ ਪਾਸੇ ਵੀਰੂ ਦੀਆਂ ਗੱਲਾਂ ਚੱਲਦੀਆਂ। ਗੁਰਵਿੰਦਰ ਤੇ ਬਾਈ ਅਮਨਾ ਕਹਿੰਦਾ ਸਾਡੇ ਵੱਲੋਂ 1000 ਰਾਜਾ ਤੇ ਮੰਨੂ ਵੀਰਾਂ ਦੇ ਆ, ਸਾਡੇ ਵੱਲੋਂ 500 ਹਰੇਕ ਜੱਫਾ ਸ਼ਰਨੇ ਦਾ 1500 ਦਾ ਹੋਣਾ ਮੇਰੇ ਮਿੱਤਰੋ, ਹਰੇਕ ਜੱਫਾ ਸ਼ਰਨੇ ਦਾ 1500 ਦਿੱਤਾ ਜਾਣਾ ਸ਼ਰਨੇ ਦੇ ਹਰ ਜੱਫੇ ਦਾ, ਸਾਡੇ ਰਾਜੇ ਹੋਣ ਸਾਡੇ ਮਨਪ੍ਰੀਤ ਹੋਣੇ ਨਾਲ ਸਾਡੇ ਗੁਰਵਿੰਦਰ ਵੀਰ ਹੋਣੀ ਕਹਿੰਦੇ ਗੁਰ ਬਰਾੜ ਤੇ ਸਾਡਾ ਬਾਈ ਕੁਲਦੀਪ ਬਰਾੜ ਤੇ ਯਾਦੂ ਬਾਈ ਕਹਿੰਦਾ ਵੀ ਵੀਰੂ ਦੇ ਹਰੇਕ ਜੱਫੇ ਦਾ 1100 ਗੁਰਸ਼ਰਨ ਦੇ ਹਰੇਕ ਜੱਫੇ ਦਾ 1100 ਸ਼ਰਨੇ ਦੇ ਹਰੇਕ ਜੱਫੇ ਦਾ 1500 ਮੇਲਾ ਗਾਜਰੀ ਵਾਲੇ ਪਿੰਡ ਚੱਲਦਾ, ਆਓ ਸਾਹਮਣੇ ਬਾਬੇ ਸ਼ਹੀਦਾਂ ਦੀ ਧਰਤੀ ਹੈ, ਧਰਤੀ ਆ ਹੂਟਰਾ ਰਗੜਿਆ ਗਿਆ, ਬਾਜਾ ਬਾਜਾ ਬਚ ਕੇ ਬਚ ਕੇ ਬਚ ਕੇ, ਬਹੁਤ ਵਧੀਆ ਮੁਕਾਬਲਾ ਹੈ ਭਾਈ, ਆਪੇ ਦੇ ਦੀ ਰੁਲਦੂ ਨਾਲ ਦੀ ਨਾਲ ਮਾਇਆ ਜਾਫੀ ਨੂੰ ਮਾਇਆ ਦੇ ਦਿਓ ਤੁਸੀਂ, ਰਾਜ ਸਰਪੰਚ ਜੀ ਸਾਡੇ ਮਾਇਆ ਦੇ ਰਿਹਾ ਹੈ, ਸਿਕੰਦਰ ਅਗਲੀ ਕਬੱਡੀ ਪਾ ਰਿਹਾ ਹੈ, ਐਨ ਚੋਟੀ ਦਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ, ਕਸ਼ਮੀਰ ਸਿੰਘ ਜੀ ਧੰਨਵਾਦ ਮੇਰੇ ਮਿੱਤਰੋ ਯਾਦੂ ਗੁਰਸੇਵਕ ਉਹਨਾਂ ਵੀਰਾਂ ਵੱਲੋਂ ਕਹਿੰਦੇ 1100 ਤੇ ਸੀਪੇ ਬਾਈ ਦਾ ਗਹਿ ਗੱਡਮਾ ਧੰਨਵਾਦ ਕਰਦੇ ਹਾਂ, ਸੀਪੇ ਬਾਈ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਇੱਕ ਸਾਫ ਸੁਥਰਾ ਮੇਲਾ ਇਸ ਸਾਲ ਕਰਵਾਉਂਦਾ, ਉਹਨਾਂ ਵੀਰਾਂ ਦਾ ਧੰਨਵਾਦ ਕਰਾਂਗੇ, ਸੀਪਾ ਕਬੱਡੀ ਖਿਡਾਰੀ ਵੀਰ ਸਾਡਾ, ਸੀਪਿਆ ਤੂੰ ਮੈਚ ਖੇਡਣਾ ਵਿੱਚੇ ਰਹਿ ਗਿਆ ਲੱਗਦਾ ਯਾਰ, ਜ਼ਿੰਮੇਵਾਰੀਆਂ ਵੱਡੀਆਂ ਨੇ ਭਰਾ ਦੇ ਮੋਢਿਆਂ ਦੇ ਉੱਪਰ, ਸਾਰੇ ਵੀਰਾਂ ਨੇ ਬਹੁਤ ਵੱਡਾ ਸਾਥ ਦਿੱਤਾ, ਛਾਕੇ ਦੀ ਰੇਡ ਤੇ ਵੱਡੇ ਬਾਈ ਕਰੀ ਗੱਲ, ਲਓ ਸਾਹਮਣੇ ਹਰਜੀਤ ਸਿੰਘ ਛਾਕੇ ਦੀ ਕਬੱਡੀ ਪੈ ਗਈ ਹੈ, ਪਰ ਚਿਰਾਗ ਦੇਣ ਆਹ ਸਾਹਮਣੇ ਕਰਾਓ ਬੱਲੇ ਬੱਲੇ ਜ਼ੋਰਦਾਰ ਤਾੜੀਆਂ, ਓਏ ਚਿਰਾਗ ਦੀਨ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਆਇਆ, 200 ਰੁਪਏ ਰਾਜ ਸਰਪੰਚ ਉਹਨਾਂ ਲੋ ਚਿਰਾਗ ਦੇ ਲਈ ਪੁੱਜ ਗਿਆ, ਰਾਜ ਸਰਪੰਚ ਗਾਦਰੀ ਵਾਲਾ ਵੀਰ ਆ ਸਾਡਾ, ਜਗਦੇਵ ਪ੍ਰਧਾਨ ਰਾਮ ਵਾਲਾ ਨਿਊਜ਼ੀਲੈਂਡ ਤੋਂ, ਗੁਰਵਿੰਦਰ ਦੀ ਤੇ ਅਮਨੇ ਦੀ ਸਪੌਂਸਰ ਕੀਤੀ ਟੀਮ ਆ ਮੀਆਂ ਵਾਲਾ, ਨਾਲ ਸਾਡਾ ਵੀਰ ਹੈ ਉਧਰ ਹਨੀ ਆਸਟ੍ਰੇਲੀਆ ਤੋਂ, ਨਾਲ ਕਮਲ ਬਰਾੜ ਮੀਆਂ ਵਾਲਾ ਭਰਾ ਸਾਡਾ, ਇਹ ਮਾਨ ਸਨਮਾਨ ਹੈ ਗੁਰਸ਼ਰਨ ਉਹਨਾਂ ਨੇ ਵੀ ਟੀਮ ਬੜੀ ਵਧੀਆ ਉਤਾਰੀ ਅੱਜ ਦੇ ਮੇਲੇ ਦੇ ਉੱਪਰ, ਕੁਝ ਸਮਾਂ ਬਾਕੀ ਇਸ ਮੈਚ ਦਾ, ਮੈਂ ਸਾਰੇ ਨਗਰ ਦਾ ਸਾਰੇ NRE ਵੀਰਾਂ ਦਾ ਸਾਰੀਆਂ ਟੀਮਾਂ ਦਾ
ਸਾਰੇ ਬੁਲਾਰਿਆਂ ਦਾ, ਸਾਰੇ ਰੈਫਰੀ ਸਾਹਿਬਾਨਾਂ ਦਾ ਤੇ ਕੁਝ ਰੱਬ ਰੂਪੀ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ। ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ, ਬਖਸ਼ ਲਿਓ, ਬਖਸ਼ਣ ਹਾਰੇ ਹੋ ਤੁਸੀਂ। ਆਓ ਸਾਹਮਣੇ ਪੈਂਦੀ ਹੋਈ ਕਬੱਡੀ ਆ, ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰਦਾ ਮੁੰਡਾ ਵਾਦੀਆਂ ਵਾਲਾ ਜੱਸੀ, ਆਪਣੀ ਟੀਮ ਦੇ ਸੇ ਨੰਬਰ ਜ਼ੋਰ ਦਾ ਹੋਇਆ। ਇੱਕ ਵਾਰੀ ਫੇਰ ਸਾਡੇ ਸੀਪੀ ਨਾਲ ਰਲ ਕੇ ਜਿਹੜੇ ਨੌਜਵਾਨ ਵੀਰ ਜੱਸ ਹੋਣੀ ਯਾਦ ਹੋਣੀ ਹੈ, ਇਹਨਾਂ ਨੇ ਰਲ ਮਿਲ ਕੇ ਵੱਡਾ ਸਾਥ ਦਿੱਤਾ ਹੈ। ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਮਹੀਨੇ ਤੋਂ ਮਿਹਨਤ ਲਗਾਤਾਰ ਚੱਲ ਰਹੀ ਹੈ ਤੇ NRI ਭਰਾਵਾਂ ਨੇ ਕਿਹਾ ਬਾਈ ਆਪਾਂ ਰਹਿੰਦੀਆਂ ਕਸਰਾਂ ਕੱਢਾਂਗੇ, ਤੁਸੀਂ ਖੜੇ ਰਿਹਾ ਜੇ, ਤੁਸੀਂ ਅੜੇ ਰਿਹਾ ਜੇ। ਰਾਜਵੀਰਾ ਕਹਿੰਦੇ ਬੋਤੀਆਂ ਵਾਲਾ ਪਿੰਡ ਹੈ ਭਰਾ ਦਾ, ਰਾਜਵੀਰ ਸਾਡਾ 500 ਚਿਰਾਗ ਲਈ ਇਹ ਮਾਨ ਸਨਮਾਨ ਹੈ। ਇੱਕ ਇੱਕ ਹਜ਼ਾਰ ਪਰ ਮੈਚ ਸਮਾਪਤ ਹੋ ਗਿਆ ਗਿੰਦਾ, ਤੇ ਅਮਨਾ ਕਹਿੰਦੇ ਸਾਡੇ ਵੱਲੋਂ ਰਾਜਾ ਤੇ ਸਾਡਾ ਮਨਦੀਪ ਹੈ। ਮੈਚ ਮੁੱਕ ਗਿਆ, ਉਦੋਂ ਦੇ ਦਿਓ ਜਾਦੂ, ਹਾਂ ਦੇ ਦਿਓ, ਉਦਾਂ ਹੀ ਦਿਓ ਪੱਲਣ ਪੈਸੇ ਲਿਆਓ। ਦੱਸੀਏ ਵੀ ਕਿਹੜੀ ਟੀਮ ਅੱਜ ਦੇ ਮੇਲੇ ਦੀ ਵਿਨਰ, ਬੈਸਟ ਰੇਡਰ ਤੇ ਜਾਫੀ ਦੱਸਾਂਗੇ। ਆਹ ਸ਼ਰਨੇ ਤੇ ਦੇ ਦਿਓ ਅਮਨ, 1000 ਰੁਪਇਆ ਦਿਓ ਸ਼ਰਨੇ ਨੂੰ, ਆਹ ਮੁੰਡੇ ਨੂੰ ਫੜਾ ਦਿਓ ਲਾਲ ਸ਼ਰਟ ਵਾਲੇ ਨੂੰ। ਸ਼ਰਨੇ ਪਾਇਆ ਅੱਜ ਦੇ ਮੇਲੇ ਦੀ ਜੇਤੂ ਟੀਮ ਜਿਹੜੀ ਹੈ, ਕਮਲ ਪ੍ਰਾਈਜ਼ ਤਾਂ ਲੈ ਜਾਓ ਯਾਰ, ਐ ਤਾਂ ਨਹੀਂ ਗੱਲ ਬਣਿਆ, ਦੂਰ ਦੂਰ ਰਿਹਾ ਤਾਂ ਨਹੀਂ ਸਰਨਾ। ਆਓ ਯਾਰਾ ਅੱਜ ਦੇ ਮੇਲੇ ਦੀ ਜੇਤੂ ਟੀਮ ਆ ਜਿਹੜੀ ਮੰਝਾਂ ਵਾਲਾ ਤੇ ਉਪ ਜੇਤੂ ਜੌਨ ਵਾਲਾ, ਬੈਸਟ ਰੇਡਰ ਆ ਜਿਹੜਾ ਪੈਸਟਲ ਨੇ 6 ਕਬੱਡੀਆਂ ਪਾ ਕੇ 5 ਨੰਬਰ ਪ੍ਰਾਪਤ ਕੀਤੇ ਆ, ਸਿਕੰਦਰ ਦੇ 4 ਚੋਂ 4, ਤੇ ਅੱਜ ਦੇ ਮੇਲੇ ਦਾ ਬੈਸਟ ਰੇਡਰ ਆ ਸਾਡਾ ਵਰਿੰਦਰ ਤੂਰ ਪੈਸਟਲ ਭਿੰਡਰਾਂ ਵਾਲਾ ਭਰਾ, ਤੇ ਟੀਮ ਦੀ ਸਹਿਮਤੀ ਨਾਲ ਸਿਕੰਦਰ ਮਾੜੀ ਵਾਲਾ, ਤੇ ਚਿਰਾਗ ਦੇ 6 ਟੱਚ ਤੇ 4 ਜੱਫੇ ਹੈ, ਤੇ ਅੱਜ ਦੇ ਮੇਲੇ ਦਾ ਬੈਸਟ ਜਿਹੜਾ ਜਾਫੀ ਆ ਉਹ ਮਿੰਝਾਂ ਵਾਲੀ ਆ, ਸਾਡਾ ਛੋਟਾ ਵੀਰ ਚਿਰਾਗ ਹੈ ਫਰਿਆਦ ਦਾ ਵੀਰ। ਆਓ ਆਪਾਂ ਜਲਦੀ ਪ੍ਰਾਈਜ਼ ਦੇ ਦਈਏ ਟੀਮਾਂ ਨੂੰ। ਬਹੁਤ ਬਹੁਤ ਧੰਨਵਾਦ ਹੈ ਉਧਰ ਪ੍ਰਾਣ ਬੈਂਡ ਫਲੋਰ ਨਾਥ ਜੀ, ਸਾਡੇ ਵੀਰ USA ਤੋਂ ਦਿਲਾਵਰ ਸਾਹਿਬ ਗੁਰਸ਼ਰਨ ਪ੍ਰਾਈਜ਼ ਲਓ ਆ ਕੇ ਜਲਦੀ ਯਾਰ, ਆਨੰਦ।